ਦਰਦ 'ਚ ਪੁਕਾਰਦੀ ਰਹਿ ਗਈ ਮਹਿਲਾ। ਡਾਕਟਰਾਂ ਨੇ ਨਹੀਂ ਕੀਤੀ ਸੁਣਵਾਈ, ਪਰਿਵਾਰਕ ਮੈਂਬਰਾਂ ਨੇ ਕਰਤੀ ਡਿਲੀਵਰੀ, ਹਸਪਤਾਲ ਦੇ ਬੈੱਡ 'ਤੇ ਹੋਈ ਡਿਲੀਵਰੀ। ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਰਕਾਰੀ ਹਸਪਤਾਲ ਦੇ ਸਟਾਫ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਗਰਭਵਤੀ ਮਹਿਲਾ ਬੀਤੇ ਕੁਝ ਦਿਨਾਂ ਤੋਂ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਜਾਂਦੀ ਹੈ, ਜਿਸ ਨੂੰ ਕਿ ਰੋਜ਼ ਹੀ ਉੱਥੋਂ ਲਾਰੇ ਮਿਲ ਜਾਂਦੇ ਨੇ ਕਿ ਤੁਸੀਂ ਕੱਲ੍ਹ ਨੂੰ ਆਇਓ, ਪਰ ਜਦ ਉਸਦੀ ਦਰਦ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਪਰਿਵਾਰ ਹਸਪਤਾਲ ਪਹੁੰਚਦਾ ਉਸਦੇ ਇਲਾਜ ਲਈ, ਪਰ ਉੱਥੇ ਵੀ ਡਾਕਟਰਾਂ ਦੇ ਵੱਲੋਂ ਲਾਰੇ ਲਗਾਏ ਜਾਂਦੇ ਨੇ, ਉਸਦਾ ਇਲਾਜ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਉਸਦੇ ਵੱਲ ਕੋਈ ਧਿਆਨ ਦਿੱਤਾ ਜਾਂਦਾ। ਹਾਲਾਂਕਿ ਪਰਿਵਾਰਕ ਮੈਂਬਰ ਉਸਦੇ ਨਾਲ ਸੀ, ਮਹਿਲਾਵਾਂ ਪਰਿਵਾਰ ਦੀਆਂ ਨਾਲ ਸੀ, ਤਾਂ ਜਦ ਡਾਕਟਰਾਂ ਨੇ ਉਸਨੂੰ ਬੈੱਡ 'ਤੇ ਲੇਟਣ ਲਈ ਕਿਹਾ ਤਾਂ ਮੌਕੇ 'ਤੇ ਹੀ ਉਸ ਗਰਭਵਤੀ ਮਹਿਲਾ ਦੀ ਡਿਲੀਵਰੀ ਹੋ ਗਈ ਅਤੇ ਉਸਦੇ ਘਰ ਨੰਨੀ ਧੀ ਨੇ ਜਨਮ ਲਿਆ। ਹਾਲਾਂਕਿ ਇਸ ਸਭ ਦੇ ਵਿੱਚ ਸਰਕਾਰੀ ਹਸਪਤਾਲ ਦੀ ਪੁਲਿਸ ਖੁੱਲੀ ਹੈ, ਜਿਸ ਦੇ ਵਿੱਚ ਸਟਾਫ ਦੇ ਵੱਲੋਂ ਜੋ ਲਾਪਰਵਾਹੀ ਕੀਤੀ ਗਈ ਹੈ ਉਹ ਸਾਹਮਣੇ ਆਈ ਹੈ। ਹਾਲਾਂਕਿ ਪਰਿਵਾਰ ਮਦਦ ਦੇ ਲਈ ਇਲਾਜ ਲਈ ਪੁਕਾਰਦਾ ਰਿਹਾ, ਪਰ ਮੌਕੇ 'ਤੇ ਮੌਜੂਦ ਸਟਾਫ ਦੇ ਵੱਲੋਂ ਕੋਈ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਇਲਾਜ ਕੀਤਾ ਗਿਆ। ਹਾਲਾਂਕਿ ਪਰਿਵਾਰ ਨੇ ਸਰਕਾਰੀ ਹਸਪਤਾਲ ਦੇ ਪ੍ਰਬੰਧ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ ਅਤੇ ਇੱਥੋਂ ਤੱਕ ਕਿਹਾ ਹੈ ਕਿ ਅਸੀਂ ਵਾਰ ਵਾਰ ਜਾ ਕੇ ਸਟਾਫ ਨੂੰ ਬੁਲਾਉਂਦੇ ਰਹੇ, ਪਰ ਮੌਕੇ 'ਤੇ ਸਾਡੇ ਕੋਲ ਕੋਈ ਨਹੀਂ ਆਇਆ। ਉਹਨਾਂ ਕਿਹਾ ਕਿ ਅਸੀਂ ਗਰੀਬ ਪਰਿਵਾਰ ਹਾਂ ਅਤੇ ਜੇ ਸਟਾਫ ਅਜਿਹਾ ਵਰਤਾਓ ਰੱਖੇਗਾ ਤਾਂ ਹੋਰਨਾਂ ਲੋਕਾਂ ਨਾਲ ਕਿਸ ਤਰ੍ਹਾਂ ਇਹ ਵਰਤਾਓ ਕਰਦੇ ਹੋਣਗੇ। ਪਰ ਵੱਡਾ ਸਵਾਲ ਅਤੇ ਨਿਸ਼ਾਨ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਤੇ ਆ ਖੜਿਆ ਕਿ ਕਿਸ ਤਰ੍ਹਾਂ ਇੱਕ ਗਰਭਵਤੀ ਮਹਿਲਾ ਹਸਪਤਾਲ ਵਿਖੇ ਇਲਾਜ ਲਈ ਪਹੁੰਚਦੀ ਹੈ ਅਤੇ ਨਾ ਹੀ ਸਟਾਫ ਦੇ ਵੱਲੋਂ ਉਸਦਾ ਕੋਈ ਧਿਆਨ ਦਿੱਤਾ ਜਾਂਦਾ ਹੈ, ਅਤੇ ਇੱਥੋਂ ਤੱਕ ਕਿ ਉੱਥੇ ਬੈੱਡ 'ਤੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਹਿਲਾ ਦੀ ਡਿਲੀਵਰੀ ਕਰ ਦਿੱਤੀ ਜਾਂਦੀ ਹੈ ਅਤੇ ਮੌਕੇ 'ਤੇ ਕੋਲ ਖੜ੍ਹੀ ਆਸ਼ਾ ਵਰਕਰ ਦੇ ਵੱਲੋਂ ਵੀ ਸਟਾਫ ਨੂੰ ਮਦਦ ਦੇ ਲਈ ਬੁਲਾਇਆ ਜਾਂਦਾ ਹੈ, ਪਰ ਉਸ ਜਗ੍ਹਾ 'ਤੇ ਮੌਕੇ 'ਤੇ ਕੋਈ ਵੀ ਨਹੀਂ ਆ ਪਹੁੰਚਦਾ। ਫਿਲਹਾਲ ਇਸ ਵਿੱਚ ਸੀਨੀਅਰ ਮੈਡੀਕਲ ਅਫਸਰ ਦਾ ਵੀ ਪੱਖ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਮੌਕੇ 'ਤੇ ਤੈਨਾਤ ਸਟਾਫ ਤੋਂ ਵੀ ਜਾਣਾਂਗੇ ਕਿ ਕਿਹੜੇ ਕਾਰਨਾਂ ਕਰਕੇ ਇਹ ਘਟਨਾ ਹੋਈ ਹੈ ਅਤੇ ਉੱਥੇ ਹੀ ਅਸੀਂ ਪਰਿਵਾਰ ਦਾ ਵੀ ਪੱਖ ਸੁਣਾਂਗੇ ਅਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਸਨੂੰ ਯਕੀਨੀ ਬਣਾਇਆ ਜਾਏਗਾ। ਪਰ ਫਿਲਹਾਲ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਗਰਭਵਤੀ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਹੀ ਉਸਦੀ ਡਿਲੀਵਰੀ ਕਰਵਾਈ ਹੈ। ਮੌਕੇ 'ਤੇ ਕੋਈ ਵੀ ਸਟਾਫ ਮੌਜੂਦ ਨਹੀਂ ਸੀ ਅਤੇ ਹਸਪਤਾਲ ਦੇ ਵਾਰਡ ਦੇ ਬੈੱਡ 'ਤੇ ਹੀ ਉਸਦੀ ਡਿਲੀਵਰੀ ਹੋਈ ਹੈ ਅਤੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਸਟਾਫ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਹਸਪਤਾਲ ਵਿੱਚ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਜਦੋਂ ਜਵਾਕ ਆਉਣ ਸੀ, ਅਸੀਂ ਅੰਦਰ ਜਾ ਕੇ ਮਿੰਤ ਕੱਢੀ, ਆਸ਼ਾ ਵਰਕਰ ਨੇ ਮਿੰਤ ਕੱਢੀ, ਉਹ ਕਹਿੰਦੇ ਇੱਕ ਵਾਰੀ ਬਾਹਰ ਜਾਓ, ਟਾਈਮ ਨਹੀਂ ਹੈਗਾ, ਟਾਈਮ ਨਹੀਂ ਹੈਗਾ। ਤੇ ਮੈਂ ਕਹੀ ਜਾਂਦੀ ਸੀ ਵੀ ਮੈਨੂੰ ਦਰਦ ਹੈਗੀ ਹੈ, ਤੁਸੀਂ ਆ ਕੇ ਤੇ ਤੁਸੀਂ ਮੈਨੂੰ ਸੰਭਾਲੋ। ਉਹ ਮੈਨੂੰ ਨਹੀਂ ਸੰਭਾਲਿਆ, ਮੈਨੂੰ ਕਹਿੰਦੀ ਬੈੱਡ 'ਤੇ ਲਿਟਾਓ। ਇੱਥੇ ਮੈਂ ਆ ਕੇ ਲੇਟੀ ਹਾਂ ਤੇ ਜਵਾਕ ਹੋ ਗਿਆ, ਉਹਨੇ ਆਵਾਜ਼ ਮਾਰੀ ਆਈ ਨਹੀਂ ਸੀ, ਤੇ ਮੈਂ ਇੱਥੇ ਪਈ ਰਹੀ ਹਾਂ। ਆਸ਼ਾ ਵਰਕਰ ਮਿੰਤ ਕੱਢਦੀ ਰਹੀ, ਉਹਦੀ ਨਹੀਂ ਸੁਣਾਈ ਕੀਤੀ ਉਹਨਾਂ ਨੇ ਡਾਕਟਰ ਨੇ, ਤੇ ਉਹ ਭਾਈ ਇੱਥੇ ਬੈਠਾ ਸੀ, ਉਹਨੂੰ ਅਸੀਂ ਬਾਹਰ ਪੁਜਾਇਆ ਜਦੋਂ ਜਵਾਕ ਹੋ ਗਿਆ, ਤੇ ਉਹ ਅੰਦਰ ਉਹਨਾਂ ਨੇ ਕਿਹਾ ਵੀ ਅਜੇ ਨਹੀਂ ਲੈ ਹੱਥ ਲਾਉਣਾ, ਅਜੇ ਨਹੀਂ ਹੱਥ ਲਾਉਣਾ। ਤੇ ਮੈਂ ਕਹੀ ਜਾਂਦੀ ਵੀ ਮੇਰਾ ਜਵਾਕ ਆਈ ਜਾਂਦਾ ਹੈਗਾ, ਉਹ ਕਹਿੰਦੇ ਘੁਮਾ ਕੇ ਲਿਆਓ, ਜੇ ਰਸਤੇ ਵਿੱਚ ਜਵਾਕ ਨੂੰ ਕੁਛ ਹੋ ਜਾਵੇ ਫਿਰ। ਉਹ ਤਾਂ ਚੱਲ ਬੈੱਡ 'ਤੇ ਲਿਟਾਇਆ ਸੀ, ਨਹੀਂ ਇਹਨਾਂ ਨੇ ਸੁਣਾਈ ਨਹੀਂ ਕੀਤੀ ਬਿਲਕੁਲ ਵੀ। ਡਿਲੀਵਰੀ ਜੀ ਮੇਰੀ ਭੂਆ ਹੈਗੀ ਸੀ ਸਾਡੇ ਨਾਲ, ਮੇਰੀ ਭੂਆ ਨੇ ਕਰਵਾਈ ਸੀ, ਉਹਨੇ ਨਹੀਂ ਸੁਣਾਈ ਕੀਤੀ। ਤੇ ਮੈਂ ਮੇਰੀ ਭੂਆ ਨੇ ਕਿਹਾ ਵੀ ਭੂਆ ਤੁਸੀਂ ਆਓ ਤੇ ਸੰਭਾਲੋ ਮੈਨੂੰ, ਵੀ ਜਵਾਕ ਨੂੰ ਫੜ ਲਓ। ਤਾਂ ਮੇਰੀ ਭੂਆ ਨੇ ਫੜਿਆ, ਅੰਦਰ ਨਹੀਂ ਸੁਣਾਈ ਕੀਤੀ ਸਾਡੀ ਬਿਲਕੁਲ ਜੀ। ਆਪੇ ਹੋਈ ਹੈ ਡਿਲੀਵਰੀ, ਹਸਪਤਾਲ ਦੇ ਬੈੱਡ ਦੇ ਉੱਤੇ ਹੋਈ ਹੈ, ਇੱਥੇ ਸਾਹਮਣੇ।
ਐਸੀ ਮੰਗ ਕਰਦੇ ਆ ਕੋਈ ਹੋਰ ਵੀ ਗਰੀਬ ਆਵੇ ਉਹਦੀ ਵੀ ਸੁਣਾਈ ਕਰੀ ਜਾਵੇ ਇੱਥੇ, ਕੱਲ ਨੂੰ ਕੋਈ ਹੋਰ ਗਰੀਬ ਨੂੰ ਕੁਛ ਨੁਕਸਾਨ ਹੋ ਜਾਵੇ ਤੇ ਫਿਰ ਉਹ ਗਰੀਬ ਕਿੱਥੇ ਜਾਊਗਾ? ਹਸਪਤਾਲ ਕਿਸ ਵਾਸਤੇ ਬਣਾਇਆ? ਗਰੀਬਾਂ ਵਾਸਤੇ ਬਣਾਇਆ, ਗਰੀਬਾਂ ਨੇ ਸੁਣਾਈ ਨਹੀਂ ਕਰਦੇ ਇੱਥੇ। ਮਾਮਲਾ ਮੈਂ ਗੁੜੀਆ ਲੈ ਕੇ ਭੇਜੀ ਸੀ ਗੁੜੀਆ ਇੱਥੇ, ਇਹਦਾ ਜਨਾਨੀਆਂ ਨਾਲ ਸਾਡੇ ਆਉਂਦੀਆਂ ਹੈ, ਵੈਸੇ ਮੈਡਮਾਂ ਨੇ ਕਿਸੇ ਨੂੰ ਸੁਣਾਈ ਕੀਤੀ ਨਹੀਂ, ਸਾਡੀ ਜਨਾਨੀਆਂ ਨੇ ਆਪਣੇ ਸੰਭਾਲਿਆ, ਬੱਚਾ ਵੀ ਤੇ ਗੁੜੀਆ ਵੀ ਮੇਰੀ। ਆਸ਼ਾ ਵਰਕਰ ਮਿੰਤਾ ਕਰਦੀ ਰਹੇਗੀ ਵਿਚਾਰੀ, ਉਹਦੀ ਸੁਣਾਈ ਕੀਤੀ ਨਹੀਂ। ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਅਚਾਨਕ ਬੰਦਾ ਇਕੱਲਾ ਆਪਦੀ ਜਨਾਨੀ ਨੂੰ ਲੈ ਕੇ ਆ ਜਾਂਦਾ, ਉਹ ਤਾਂ ਮਾਰਿਆ ਜਾਏਗਾ ਫਿਰ ਵਿਚਾਰਾ ਉਹਦਾ। ਇਹ ਤਾਂ ਸਾਡੇ ਤਾਂ ਚਲੋ ਬਰਾਦਰੀ ਕਦੀ ਨਾਲ ਆਉਂਦੀ ਹੈ, ਚਲੋ ਸੰਭਾਲ ਲਿਆ। ਮੇਰੀ ਭੈਣ ਹੈਗੀ, ਟਾਲੀਆ ਤੋਂ ਬੁਲਾਏ ਸੀ ਮੈਂ, ਸਟਾਫ ਹੈਗੇ ਸੀ, ਸੁਣਾਈ ਕੀਤੀ ਨਹੀਂ, ਆਵਾਜ਼ਾਂ ਮਾਰਦੇ ਰਹੇ, ਕੁੜੀਆਂ ਆਵਾਜ਼ਾਂ ਮਾਰਦੀ ਰਹੀ, ਆਸ਼ਾ ਵਰਕਰ ਮਿੰਤਾ ਕਰਕੇ ਆਈ ਹੈ ਫਿਰ ਵੀ ਨਹੀਂ ਆਈ ਹੈ। ਆਸ਼ਾ ਵਰਕਰ ਵਿਚਾਰੀ ਅੱਧੀ ਰਾਤ ਨੂੰ ਫੋਨ ਕਰੋ, ਅੱਧੀ ਰਾਤ ਨੂੰ ਆ ਜਾਂਦੀ ਵਿਚਾਰੀ। ਨਹੀਂ ਫਿਰ ਡਿਲੀਵਰੀ ਹੋਈ ਕਿੱਥੇ? ਇੱਥੇ ਅੰਦਰ ਹੀ। ਕਿੱਥੇ ਜੀ? ਹਸਪੀਟਲ ਦੇ। ਅੱਛਾ, ਬੈੱਡ ਤੇ? ਬੈੱਡ ਤੇ ਹੋਈ ਹੈ। ਕੁੜੀ ਗੁੜੀਆ ਹੋਈ ਹੈ। ਕਿੰਨੀ ਕੁ ਤਕਲੀਫ ਸੀਗੀ ਜਦੋਂ? ਤਕਲੀਫ ਬਹੁਤ ਜ਼ਿਆਦਾ ਸੀ, ਫਿਰ ਵੀ ਨਹੀਂ ਸੁਣਾਈ ਕੀਤੀ ਉਹਨਾਂ ਨੇ, ਬਹੁਤ ਜ਼ਿਆਦਾ ਤਕਲੀਫ ਹੈਗੀ ਸੀ, ਫਿਰ ਵੀ ਸੁਣਾਈ ਨਹੀਂ ਕੀਤੀ, ਕਹਿੰਦੇ ਬਾਹਰ ਲੈ ਜਾਓ, ਬਾਹਰ ਘੁਮਾਓ, ਬਾਹਰ ਘੁਮਾਓ। ਫਿਰ ਸੰਭਾਲਿਆ ਕਦੋਂ? ਸੰਭਾਲਿਆ ਉਹ ਅੰਦਰ ਲੈ ਕੇ ਆ, ਲਿਟਾਉਣ ਲੱਗੀ ਇਹਨੇ, ਬਸ ਗੁੜੀਆ ਹੋ ਗਈ। ਉਹਦੇ ਬਾਅਦ ਅੱਧੇ ਘੰਟੇ ਬਾਅਦ ਆਈ ਹੈ, ਅੱਧੇ ਘੰਟੇ ਬਾਅਦ ਆਈ ਹੈ, 6:30 ਵਜੇ ਬੱਚਾ ਹੋਇਆ ਹੈ। ਚਲੋ ਕੱਲ ਨੂੰ ਹੋਰ ਕੋਈ ਗਰੀਬ ਆਵੇ, ਮੇਰਾ ਵਰਗਾ ਕੋਈ ਦਾਸੀ ਗਰੀਬ ਹੀ ਹੈਗੇ ਆ, ਸਾਰੇ ਗਰੀਬ ਹੀ ਹੁੰਦੇ ਨੇ, ਬੱਚਾ ਲੈ ਕੇ ਆਉਂਦਾ ਤਾਂ ਗਰੀਬ ਹੀ ਆਉਂਦਾ, ਅਚਾਨਕ ਕੋਈ ਬਾਈ ਚਾਂਸ 19-21 ਗੱਲ ਹੋ ਜਾਵੇ। ਮੇਰੀ ਗੁੜੀਆ ਹੈ ਮੇਰੀ ਆਪਦੀ, ਨਹੀਂ ਨਹੀਂ ਉਹ ਮੇਰੀ ਭੈਣ ਹੈ, ਇਹ ਮੇਰੀ ਗੁੜੀਆ ਹੈ। ਮਾਮਲਾ ਗੁੜੀਆਂ ਨੂੰ ਅਸੀਂ ਲੈ ਕੇ ਆਏ ਸੀ ਉਹਨਾਂ ਦੇ ਕੋਲੇ, ਤੇ ਉਹ ਆਖਦਾ ਤੁਸੀਂ ਇਹਨੂੰ ਕਮਾਈ ਚੱਲੋ। ਅਸੀਂ ਸਵੇਰ ਦੇ ਕਮਾਈ ਚੱਲੇ, ਜਦੋਂ ਡਿਲੀਵਰੀ ਕੋਲ ਆਈ ਅਸੀਂ ਲੈ ਕੇ ਗਏ, ਤਾਂ ਵੀ ਉਹਨਾਂ ਨੂੰ ਨਹੀਂ ਫੜਿਆ, ਕਿ ਇਹਨੂੰ ਕਮਾਓ। ਫਿਰ ਅਸੀਂ ਇੱਥੇ ਲੈ ਕੇ ਗਏ, ਬੈੱਡ ਤੇ ਲੈ ਗਏ, ਬੈੱਡ ਤੇ ਫਿਰ ਇਹਨੇ ਡਿਲੀਵਰੀ ਹੋ ਗਈ। ਫਿਰ ਉਹਨੂੰ ਮੈਂ ਫੜ ਲਿਆ, ਗੁੜੀਆਂ ਨੂੰ ਮੈਂ ਫੜ ਲਿਆ ਸੀ। ਡਿਲੀਵਰੀ ਤਾਂ ਮੈਂ ਕਰਾਈ, ਇੱਥੇ ਗਏ ਮੈਂ ਫੜ ਲਿਆ, ਫਿਰ ਜਵਾਕ ਨੂੰ ਤਾਂ ਫੜਨਾ ਫੜਨਾ ਸੀ, ਬਾਹਰ ਆ ਗਿਆ ਸੀ ਜਵਾਕ, ਫਿਰ ਉਹਨੂੰ ਤਾਂ ਫੜਨਾ ਸੀ, ਫਿਰ ਉਹਨੂੰ ਮੈਂ ਫੜ ਲਿਆ। ਬਾਅਦ ਚ ਫਿਰ ਭੱਜਿਓ ਵਿਚਾਰੀ, ਆਸ਼ਾ ਬਰਗਰ ਹੈਗੀ, ਉਹ ਬੁਲਾ ਕੇ ਤਾਂ ਥੋੜਾ ਜਿਹਾ ਨਾਲਾ ਜਿਹਾ ਕੱਟ ਲਿਆ, ਨਾਲਾ ਕੱਟ ਕੇ ਫਿਰ ਉਹਨੂੰ ਕੱਟਾ, ਬਾਅਦ ਚ ਫਿਰ ਉਹਨੂੰ ਫਿਰ ਇਹਨੂੰ ਬੁਲਾਇਆ ਉੱਥੇ। ਡਿਲੀਵਰੀ ਹੋਈ ਜਾਂਦੀ, ਡਿਲੀਵਰੀ ਹੈ ਹੀ ਨਹੀਂ ਸੀ ਉੱਥੇ, ਡਿਲੀਵਰੀ ਸਾਰੇ ਇੱਧਰ ਕਮਰੇ ਚ ਬੈਠੇ ਸਾਰੇ। ਅਸੀਂ ਆਖਦਾ ਬਈ ਕਿਸੇ ਨੂੰ ਹੋਰ ਵੀ ਗਰੀਬ ਆਵੇ ਤਾਂ ਉਹਦਾ ਵੀ ਸੁਣਾਈ ਕਰੇ। ਨਹੀਂ ਇਹਦੇ ਬਾਰੇ ਮੈਨੂੰ ਹੁਣੇ ਹੀ ਪਤਾ ਲੱਗਿਆ, ਮੈਂ ਇਸ ਬਾਰੇ ਡਿਟੇਲਡ ਪਤਾ ਕਰਦਾ ਜੀ, ਇਨਕੁਆਇਰੀ ਕਰਾਂਗੇ, ਜੇ ਕਿਸੇ ਦਾ ਫੋਲਟ ਹੋਇਆ ਉਹਦੇ ਤੇ ਐਕਸ਼ਨ ਵੀ ਹੋਊਗਾ, ਬਟ ਥਿੰਗ ਇਜ਼ ਜਿੰਨਾ ਚਿਰ ਮੈਂ ਡਿਟੇਲਡ ਪਤਾ ਨਹੀਂ ਕਰਦੇ ਉਹਨਾਂ ਚਿਰ ਮੈਂ ਕੁਝ ਕਮੈਂਟ ਨਹੀਂ ਕਰ ਸਕਦਾ। ਜਦੋਂ ਡਿਲੀਵਰੀ ਹੋਣ ਦਾ ਸਮਾਂ ਹੋਇਆ ਤਾਂ ਉਹਨਾਂ ਨੂੰ ਮਜਬੂਰੀ ਵਿੱਚ ਆ ਕੇ ਤਕਲੀਫ ਦੇ ਵਿੱਚ ਖੁਦ ਹੀ ਜਿਹੜੀ ਹੈ ਡਿਲੀਵਰੀ ਕਰਾਉਣੀ ਪਈ। ਨਹੀਂ ਇਸ ਚੀਜ਼ ਬਾਰੇ ਪਤਾ ਕਰ ਲੈਂਦੇ ਹਾਂ ਜੀ, ਜੋ ਡਿਟੇਲਡ ਇਨਫੋਰਮੇਸ਼ਨ ਆਉਂਦੀ ਹੈ, ਪਰਿਵਾਰ ਨੂੰ ਵੀ ਬੁਲਾ ਕੇ ਪੁੱਛਾਂਗੇ ਕੀ ਇਸ਼ੂ ਹੈ ਕੀ ਨਹੀਂ, ਜੇ ਕਿਸੇ ਦਾ ਫੋਲਟ ਹੋਇਆ ਨੋ ਡਾਊਟ ਉਹਨੂੰ ਸਜ਼ਾ ਮਿਲੂਗੀ, ਉਹਨੂੰ ਜੋ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਊਗੀ। ਅਸਲ ਜੇ ਬੈੱਡ ਤੇ ਡਿਲੀਵਰੀ ਹੋਈ ਹੈ ਜਾਂ ਪੇਸ਼ੈਂਟ ਦੇ ਪਰਿਵਾਰ ਨੂੰ ਕਰਵਾਉਣੀ ਪਈ ਹੈ, ਕਿਉਂਕਿ ਨਹੀਂ ਇਹ ਦੇਖੋ ਪਤਾ ਕਰੇ ਤਾਂ ਪਤਾ ਲੱਗੂਗਾ ਵੀ ਕਿੱਥੇ ਡਿਲੀਵਰੀ ਹੋਈ ਹੈ, ਕੀ ਰੀਜ਼ਨ ਸੀਗਾ, ਉਸ ਤੋਂ ਆਪਾਂ ਡਿਟੇਲਡ ਫੇਰ ਹੀ ਇਨਫੋਰਮੇਸ਼ਨ ਦੇ ਪਾਵਾਂਗੇ।
ਦੇਖੋ ਜੇ ਵਾਰਡ 'ਚ ਜਾਂ ਫਿਰ ਟੇਬਲ 'ਤੇ ਡਿਲੀਵਰੀ ਹੁੰਦੀ ਹੈ, ਫਿਰ ਤਾਂ ਕੋਈ ਮਤਲਬ ਪੁੱਛੂਗਾ ਪੇਸ਼ੈਂਟ ਨੂੰ ਵੀ ਕੀ ਇਸ਼ੂ ਸੀ ਕੀ ਨਹੀਂ। ਦੇਖ ਪੇਸ਼ੈਂਟ ਦੀ ਰਾਏ ਵੀ ਲਾਂਗੇ, ਪਲੱਸ ਅਸੀਂ ਸਟਾਫ ਨੂੰ ਵੀ ਪੁੱਛਾਂਗੇ ਜਿਹੜਾ ਕੰਸਰਨਡ ਸਟਾਫ ਡਿਊਟੀ 'ਤੇ ਮੌਜੂਦ ਸੀ, ਉਸ ਤੋਂ ਪਤਾ ਲੱਗੂਗਾ ਐਗਜੈਕਟ ਕੌਜ਼ ਕੀ ਹੈ, ਕੀ ਕਾਰਨ ਹੈ, ਕਿੱਥੇ ਡਿਲੀਵਰੀ ਹੋਈ ਹੈ, ਜੋ ਜਿਸ ਹਿਸਾਬ ਦਾ ਅੱਗੇ ਫਰਦਰ ਡਿਟੇਲ ਨਿਕਲ ਕੇ ਆਉਂਦੀ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊ।